ਪੈਟਰੋਲ ਅਤੇ ਡੀਜ਼ਲ ਉੱਤੇ ਲਗਾਏ ਗਏ ਪੰਜਾਬ ਸਰਕਾਰ ਵੱਲੋਂ ਟੈਕਸਾਂ ਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਭੇਜਿਆ ਗਿਆ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਅਤੇ ਸਰਕਾਰ ਨੂੰ ਭੰਗ ਕਰਨ ਦੀ ਕੀਤੀ ਮੰਗ। ਬੁੱਧਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵਰਕਰ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਡਿਪਟੀ ਕਮਿਸ਼ਨਰ ਦੇ ਰਾਹੀਂ ਮੰਗ ਪੱਤਰ ਭੇਜ ਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਭੰਗ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੋ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਉੱਤੇ ਟੈਕਸ ਲਗਾਏ ਹੈ ਉਹ ਜਨਤਾ ਦੇ ਨਾਲ ਸ਼ਰਮਤਕ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਹੋ ਸਕਦਾ ਕਿ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਹੋਰ ਵੀ ਆਪਾਂ ਸੜਕਾਂ 'ਤੇ ਉਤਰਨਾ ਪਵੇ। ਉਹਨਾਂ ਇਸ ਨੂੰ ਆਪਣਾ ਪੰਜਾਬ ਸਰਕਾਰ ਨੂੰ ਉਹਨਾਂ ਵੱਲੋਂ ਭੰਗ ਕਰਨ ਦੀ ਰਾਜਪਾਲ ਤੋਂ ਮੰਗ ਕੀਤੀ ਗਈ। ਹਾਂਜੀ ਸਰ, ਕੀ ਨਾਮ ਹੈ ਤੇ ਕਿਹੜੇ ਆਪਣੇ? ਅਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਅੱਜ ਸਾਡੇ ਪੰਜਾਬ ਪੱਧਰੀ ਸੱਦੇ ਦੇ ਅਨੁਸਾਰ ਜ਼ਿਲ੍ਹਾ ਪੱਧਰਾਂ ਤੇ ਅਸੀਂ ਡੀਸੀ ਸਾਹਿਬ ਨੂੰ ਮੈਮੋਰੈਂਡਮ ਦੇਣ ਵਾਸਤੇ ਪੰਜਾਬ ਦੇ ਰਾਜਪਾਲ ਨੂੰ ਮੈਮੋਰੈਂਡਮ ਭੇਜਿਆ ਕਿ ਮੌਜੂਦਾ ਸਰਕਾਰ ਨੇ ਜਿਹੜੇ ਟੈਕਸ ਲਾਏ ਨੇ ਜਿਹਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਅੰਤਹਾ ਵਾਧਾ ਕੀਤਾ, ਇਸ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਜੇ ਸਰਕਾਰ ਇਹਨੂੰ ਵਾਪਸ ਨਹੀਂ ਲੈਂਦੀ ਤਾਂ ਗਵਰਨਰ ਆਪਣੀਆਂ ਪਾਵਰਾਂ ਵਰਤਦੇ ਹੋਏ ਇਸ ਫੈਸਲੇ ਨੂੰ ਰੱਦ ਕਰੇ, ਕਿਉਂਕਿ 2400 ਕਰੋੜ ਰੁਪਏ ਦਾ ਜਿਹੜਾ ਨਵਾਂ ਵਾਧਾ ਸਰਕਾਰ ਨੇ ਪੰਜਾਬ ਦੇ ਲੋਕਾਂ ਤੇ ਪਾਇਆ ਹੈ ਇਹ ਬਹੁਤ ਹੀ ਨਿੰਦਣਯੋਗ ਹੈ, ਮਾਰੂ ਹੈ। ਪੰਜਾਬ ਦੇ ਲੋਕ ਹੈ ਜਿਹੜੇ ਪਹਿਲਾਂ ਹੀ ਆਰਥਿਕ ਮੰਦਹਾਲੀ 'ਚੋਂ ਜਿਉਂ ਰਹੇ ਨੇ ਤੇ ਇਸ ਕਰਕੇ ਇਸ ਨੂੰ ਇਮੀਡੀਏਟਲੀ ਵਾਪਸ ਲਿਆ ਜਾਣਾ ਚਾਹੀਦਾ। ਦੂਜਾ ਇਹ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਗਵਾਂਢੀ ਸਟੇਟਾਂ ਦੇ ਮੁਕਾਬਲੇ ਇੰਨੀਆਂ ਵਧਾਤੀਆਂ, ਸਾਡਾ ਜਿਹੜਾ ਸਟੇਟ ਦਾ ਵਪਾਰੀ ਹੈ ਉਹ ਵੀ ਘਾਟੇ 'ਚ ਜਾ ਰਿਹਾ, ਕਿਉਂਕਿ ਜੇ ਆਪਣੀ ਲਾਈਏ ਤਾਂ ਬਠਿੰਡਾ ਦੇ ਨਾਲ ਡੱਬ ਵਾਲੀ ਹੈ, ਜਦੋਂ ਡੱਬ ਵਾਲੀ ਸਸਤਾ ਹੋਇਆ ਤਾਂ ਬਠਿੰਡੇ ਤੋਂ ਤੇਲ ਕਿਉਂ ਪਾਉਣਗੇ ਲੋਕ, ਤਾਂ ਸਾਡਾ ਜਿਹੜਾ ਰੈਵਨਿਊ ਹੈ ਉਹ ਗਵਾਂਢੀ ਸਟੇਟਾਂ ਨੂੰ ਜਾ ਰਿਹਾ, ਸਾਨੂੰ ਸਾਡੀ ਸਟੇਟ ਨੂੰ ਘਾਟਾ ਪੈ ਰਿਹਾ। ਇਸ ਕਰਕੇ ਸਟੇਟਾਂ ਨੂੰ ਵੀ ਫਾਇਦਾ ਇਸ ਗੱਲ ਦਾ ਕਿ ਰੇਟ ਇਹ ਘਟਾਏ ਬੰਦ ਕੀਤੇ ਜਾਣ, ਵਾਧਾ ਜਿਹੜਾ ਉਹ ਵਾਪਸ ਲਿਆ ਜਾਣਾ ਚਾਹੀਦਾ। ਇਸ ਦੇ ਸੰਬੰਧ 'ਚ ਅਸੀਂ ਸਾਰੀ ਜਥੇਬੰਦੀ ਇਕੱਤਰ ਹੋ ਕੇ ਡੀਸੀ ਸਾਹਿਬ ਦੇ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਸੱਤਾ 'ਚ ਆਉਣ ਤੋਂ ਪਹਿਲਾਂ ਕਿਹਾ ਗਿਆ ਸੀ ਵੀ ਫਲਾਨੀ ਫਲਾਨੀ ਜਗ੍ਹਾ ਤੋਂ ਰੈਵਨਿਊ ਇਕੱਠਾ ਕਰਕੇ ਕਮਾਈ ਕੀਤੀ ਜਾਊਗੀ, ਪਰ ਸੱਤਾ ਤੋਂ ਆਉਣ ਤੋਂ ਬਾਅਦ ਇਹ ਕਰਜ਼ਾ ਚੁੱਕਿਆ ਜਾ ਰਿਹਾ। ਰਿਸ਼ਪਾਲ ਜੀ, ਜੇ ਅਸੀਂ ਇਸ ਪਾਸੇ ਨੂੰ ਆਈਏ ਤਾਂ ਜਿਹੜੀ ਇਹ ਮੌਜੂਦਾ ਸਰਕਾਰ ਹੈ ਇਹਨੇ ਜੋ ਵਾਅਦੇ ਕਰਕੇ ਲੋਕਾਂ ਨਾਲ ਆਈ ਸੀ ਉਹਦੇ 'ਚੋਂ ਇੱਕ ਵੀ ਵਾਅਦਾ ਪੂਰਾ ਕਰਨ ਦੀ ਬਜਾਏ ਸਗਮਾ ਉਹਦੇ ਉਲਟ ਕੀਤਾ। ਤੁਸੀਂ ਦੇਖੋ ਕਿ ਬੱਸ ਕਿਰਾਇਆਂ ਦੇ ਵਿੱਚ ਵਾਧਾ ਕਰਤਾ, ਜੇ ਡੀਜ਼ਲ 'ਚ ਵਾਧਾ ਕੀਤਾ ਤਾਂ ਹੀ ਬੱਸ ਕਿਰਾਇਆਂ 'ਚ ਵਾਧਾ ਕਰਨਾ ਪਿਆ, ਨਾਲੇ ਤਾਂ ਡੀਜ਼ਲ ਦੀ ਮਾਰ ਪੰਜਾਬ ਦੇ ਲੋਕ ਚੱਲ ਰਹੇ ਨੇ, ਨਾਲੇ ਕਿਰਾਏ ਦੀ ਮਾਰ ਚੱਲ ਰਹੇ ਨੇ, ਡਬਲ ਮਾਰ ਪੈ ਰਹੀ ਹੈ ਨਾ। ਇਸੇ ਤਰ੍ਹਾਂ ਇਹ ਤਾਂ ਚਾਹੁੰਦੇ ਸੀ ਜਿਹੜਾ ਸਟੇਟ ਨੂੰ ਨੰਬਰ 1 ਸਟੇਟ ਬਣਾਉਣ ਵਾਸਤੇ, ਰੰਗਲਾ ਪੰਜਾਬ ਬਣਾਉਣ ਵਾਸਤੇ ਅਸੀਂ ਤੋਂ ਕਰਪਸ਼ਨ ਬੰਦ ਕਰਾਂਗੇ, ਜਿਹੜੀਆਂ ਘਰਲਾਂ ਪੈ ਰਹੀਆਂ ਨੇ ਉਹਨਾਂ ਨੂੰ ਰੋਕਾਂਗੇ। ਦੱਸੋ ਮਾਈਨਿੰਗ 'ਤੇ ਕੋਈ ਨੀਤੀ ਆਈ, ਖੇਤੀਬਾੜੀ 'ਤੇ ਕੋਈ ਨੀਤੀ ਆਈ, ਐਜੂਕੇਸ਼ਨ 'ਤੇ ਕੋਈ ਨੀਤੀ ਆਈ, ਸਿਹਤ 'ਤੇ ਕੋਈ ਨੀਤੀ ਆਈ? ਜਿਹੜੀਆਂ ਚੀਜ਼ਾਂ ਆਲਰੇਡੀ ਪਹਿਲਾਂ ਚੱਲਦੀਆਂ ਸੀ, ਜੋ ਕਾਂਗਰਸ ਸਰਕਾਰ ਵੇਲੇ ਭ੍ਰਿਸ਼ਟਾਚਾਰ ਚੱਲ ਰਿਹਾ ਸੀ ਉਹੀ ਭ੍ਰਿਸ਼ਟਾਚਾਰ ਹੋਵੇ ਚੱਲ ਰਿਹਾ, ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਦੁੱਗਣਾ ਤਿੱਗਣਾ ਹੋ ਗਿਆ। ਸੋ ਇਸ ਕਰਕੇ ਅਸੀਂ ਪੰਜਾਬ ਦੇ ਰਾਜਪਾਲ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੀ ਸਰਕਾਰ ਨੂੰ ਇਮੀਡੀਏਟਲੀ ਭੰਗ ਕਰਕੇ ਇੱਥੇ ਜਿਹੜੇ ਵੀ ਪੰਜਾਬ ਦੇ ਲੋਕ ਪੱਖੀ ਫੈਸਲੇ ਆ ਉਹਨਾਂ ਨੂੰ ਲਾਗੂ ਕੀਤਾ ਜਾਵੇ। ਲੋਕ ਬੜੇ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਲਾਅ ਐਂਡ ਆਰਡਰ ਦੀ ਸਥਿਤੀ ਦੇਖ ਲਓ ਤੁਸੀਂ, ਕੱਲ ਜੌਨਸਨ ਵਾਲੇ ਕੀ ਹੋ ਗਿਆ ਆਪਣੇ ਗੁਆਂਢ 'ਚ, ਇਸੇ ਤਰ੍ਹਾਂ ਸਾਰੇ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ, ਨਸ਼ਿਆਂ ਦੀ ਸਥਿਤੀ ਤੁਸੀਂ ਦੇਖ ਲਓ, ਪਹਿਲਾਂ ਨਾਲੋਂ ਨਸ਼ੇ ਦੁੱਗਣੀ ਤਦਾਦ 'ਚ ਵੱਧ ਗਏ। ਇਹ ਤਾਂ ਕਹਿੰਦੇ ਸੀ ਨਸ਼ੇ ਆ ਜਿਹੜੇ 24 ਦਿਨਾਂ ਦੇ ਵਿੱਚ ਅਸੀਂ ਬੰਦ ਕਰ ਦਿਆਂਗੇ,
ਤੁਸੀਂ ਦੱਸੋ ਸਾਰੀ ਪ੍ਰੈਸ ਖੜੀ ਹੈ ਕਿ ਨਸ਼ੇ ਬੰਦ ਹੋ ਗਏ। ਸੋ ਭਰਾਓ ਆਓ ਸਾਰੇ ਰਲ ਕੇ, ਅਸੀਂ ਤਾਂ ਇਹ ਬੇਨਤੀ ਕਰਾਂਗੇ ਸੁਧਾਰ ਲਹਿਰ ਕਨੀਓ ਕਿ ਜਿੰਨੀਆਂ ਵੀ ਪਾਰਟੀਆਂ ਦੇ ਵਿੱਚ ਚੰਗੇ ਲੋਕ ਪੰਜਾਬ ਦੀ ਬਿਹਤਰੀ ਵਾਸਤੇ, ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਵਿਚਰਦੇ, ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇੱਕ ਝੰਡੇ ਥੱਲੇ ਇਕੱਠੇ ਹੋਈਏ। ਇਹ ਸਰਕਾਰ ਕੋਲੇ ਕੋਈ ਵਿਜ਼ਨ ਨਹੀਂ, ਸਿਰਫ ਲਾਰੇ ਲੱਪਿਆਂ ਨਾਲ ਡੰਗ ਟਪਾਈ ਗੱਲਾਂ ਬਾਤਾਂ ਨਾਲ ਆਪਦੀ ਸਰਕਾਰ ਚਲਾਉਣਾ ਚਾਹੁੰਦੇ ਆ। ਗੱਲਾਂ ਬਾਤਾਂ ਨਾਲ ਕਦੇ ਸਰਕਾਰਾਂ ਨਹੀਂ ਚੱਲਦੀਆਂ, ਸਰਕਾਰਾਂ ਹਮੇਸ਼ਾ ਨੀਤੀਆਂ ਨਾਲ ਚੱਲਦੀਆਂ। ਸੋ ਇਹਨਾਂ ਕੋਲੇ ਕੋਈ ਨੀਤੀ ਨਹੀਂ, ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਵਾਸਤੇ ਇਸ ਵੇਲੇ ਸੰਘਰਸ਼ ਦੀ ਲੋੜ ਹੈ। ਸੰਘਰਸ਼ ਦੀ ਕੜੀ ਵਜੋਂ ਅੱਜ ਪਹਿਲੇ ਦਿਨ ਅਸੀਂ ਮੈਮੋਰੈਂਡਮ ਦੇ ਵਿੱਚ ਸ਼ੁਰੂ ਕੀਤਾ ਹੈ। ਇਦੋਂ ਬਾਅਦ ਜੇ ਸਰਕਾਰ ਨੇ ਕੋਈ ਇਸ ਤੇ ਸਟੈਪ ਨਾ ਚੁੱਕਿਆ ਤਾਂ ਅਸੀਂ ਸੁਧਾਰ ਲਹਿਰ ਕਨੀਓ ਅੱਗੇ ਅਗਲਾ ਸਟੈਪ ਹੈ ਸਮੁੱਚੀ ਲੀਡਰਸ਼ਿਪ ਨਾਲ ਰਾਇ ਕਰਨ ਤੋਂ ਬਾਅਦ ਕਰਾਂਗੇ। ਮਹਾਰਾਜ ਤੁਸੀਂ ਇਹ ਦੇਖੋ, 10,000 ਕਰੋੜ ਦੀ ਤਾਂ ਕਰਜ਼ਾ ਦੀ ਲਿਮਿਟ ਇਹਨਾਂ ਨੇ ਹੋਰ ਮੰਗ ਲਈ। ਇਹ ਤਾਂ ਕਹਿੰਦੇ ਸੀ ਜਿਹੜਾ ਕਰਜ਼ਾ ਕਾਂਗਰਸ ਨੇ ਜਾਂ ਅਕਾਲੀ ਦਲ ਬਾਦਲ ਵੇਲੇ ਚੜਿਆ ਸੀਗਾ, ਇਹ ਕਹਿੰਦੇ ਸੀ ਅਸੀਂ ਕਰਜ਼ਾ ਮੁਕਤ ਕਰਾਂਗੇ ਪੰਜਾਬ ਨੂੰ। ਇਹਨਾਂ ਨੇ ਤਾਂ 30,000 ਕਰੋੜ ਕਰਜ਼ਾ ਹੋਰ ਚੜਾਤਾ 2.5 ਸਾਲਾਂ ਦੇ ਵਿੱਚ। ਆਉਣ ਵਾਲੇ ਸਮੇਂ 'ਚ ਦੇਖੋਗੇ ਜੇ ਇਸੇ ਰਫ਼ਤਾਰ ਨਾਲ ਵੱਧਦਾ ਰਿਹਾ ਤਾਂ ਕਰਜ਼ਾ ਦੋਨਾਂ ਸਰਕਾਰਾਂ ਨੂੰ ਮਾਤ ਪਾ ਜੂਗਾ। ਸੋ ਸਾਨੂੰ ਸਾਰਿਆਂ ਨੂੰ ਚਿੰਤਾ ਹੈ ਪੰਜਾਬ ਦੀ। ਅਸੀਂ ਸਾਰੇ ਜਿਹੜੇ ਬੁੱਧੀਮਾਨ ਚੰਗੇ ਭਵਿੱਖ ਵਾਸਤੇ ਪੰਜਾਬ ਵਾਸਤੇ ਸੋਚਦੇ ਲੋਕ ਹੈ, ਉਹ ਚਾਹੁੰਦੇ ਹੈ ਕਿ ਪੰਜਾਬ ਦੇ ਵਿੱਚ ਅਜਿਹਾ ਰਾਜ ਹੋਵੇ ਜਿੱਥੇ ਲੋਕ ਸੁੱਖ ਸ਼ਾਂਤੀ ਨਾਲ ਸਾਰੇ ਭਾਈਚਾਰੇ ਇੱਕ ਦੂਜੇ ਭੈਣ ਭਰਾ ਵਾਂਗੂ ਰਹਿਣ। ਅਤੇ ਹੁਣ ਤਾਂ ਬੜਾ ਮਾਹੌਲ ਅਫੜਾ ਤਫੜੀ ਦਾ, ਡਰ ਦਾ, ਭੈ ਦਾ ਗੁਜ਼ਰਿਆ। ਤੁਸੀਂ ਦੇਖੋ ਫਰੌਤੀਆਂ ਮੰਗੀਆਂ ਜਾ ਰਹੀਆਂ ਨੇ, ਕੱਲ੍ਹ ਹੀ ਆਪਣੇ ਬਠਿੰਡੇ 'ਚ ਨਹੀਂ ਮੰਗੀ ਗਈ ਤਾਂ ਤੁਸੀਂ ਦੇਖੋ, ਬੇਸ਼ੱਕ ਪੁਲਿਸ ਨੇ ਹਿੰਮਤ ਕਰਕੇ ਫੜ ਲਿਆ ਪਰ ਲੇਕਿਨ ਇਹ ਸਥਿਤੀ ਤਾਂ ਮਾੜੀ ਹੈ ਨਾ, ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੈ। ਸੋ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਪੰਜਾਬ ਨੂੰ ਵਧੀਆ ਪੰਜਾਬ ਬਣਾਉਣ ਵਾਸਤੇ ਇੱਕਜੁੱਟ ਹੋਣਾ ਪਊ।